ਪੰਜਾਬ ਵਿੱਚ ਪਹਿਲੀ ਵਾਰ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਫਤਿਹਗੜ੍ਹ ਚੂੜੀਆ ਨਗਰ ਨਿਗਮ ਵਿੱਚ ਗੁਰਦਾਸਪੁਰ ਤੋਂ ਸਾਂਸਦ ਸੁਨੀਲ ਜਾਖੜ ਵੱਲੋਂ ਭੇਜੀ ਗਈ ਰਾਸ਼ੀ ਤੋਂ ਖਰੀਦੇ ਗਏ ਈਕੋ ਰਿਕਸ਼ਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਕਿ ਸ਼ਹਿਰ ਵਿੱਚ ਕੂੜਾ ਕਰਕਟ ਚੁੱਕਣ ਦੇ ਲਈ ਵਰਦਾਨ ਸਾਬਿਤ ਹੋਣਗੇ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਕਾਮਯਾਬ ਹੋਣਗੇ। ਇਸ ਮੌਕੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਈਕੋ ਰਿਕਸ਼ਾ ਕੂੜਾ ਕਰਕਟ ਉਠਾਉਣ ਦੇ ਲਈ ਵਰਦਾਨ ਹੋਵੇਗਾ ਅਤੇ ਸ਼ਹਿਰ ਦੇ ਵਿਕਾਸ ਲਈ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜਿਹੜਾ ਸ਼ਹਿਰ ਨੂੰ, ਪੰਜਾਬ ਨੂੰ ਸਵੱਛ ਰੱਖਣ ਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਮਿਸ਼ਨ ਆ, ਉਹਦੇ ਥੱਲੇ ਅਸੀਂ ਈ ਰਿਕਸ਼ੇ ਇੱਥੇ ਲਿਆਉਂਦੇ ਨੇ, ਜਿਹੜੇ ਸ਼ਹਿਰ ਦੀ ਗੰਦਗੀ ਚੁੱਕ ਕੇ ਜਿਹੜਾ ਡੰਪ ਬਣੇਗਾ ਉੱਥੇ ਖੜਿਆ ਕਰਨਗੇ, ਤਾਂ ਜੋ ਸ਼ਹਿਰ ਸਾਫ਼ ਰਹੇ। ਜਿਹੜਾ ਪਹਿਲਾ ਡੰਪ ਹੈ ਉਹਨੂੰ ਵੀ ਕਿਸੇ ਪਾਸੇ ਲਾਉਣ ਦਾ ਪ੍ਰਬੰਧ ਆ। ਸੋ ਉਹਦੇ ਵਾਸਤੇ ਅਸੀਂ ਅੱਜ ਈ ਰਿਕਸ਼ੇ ਲਿਆਉਂਦੇ ਅਤੇ ਉਹਨਾਂ ਨੂੰ ਚਾਲੂ ਕਰਨ ਦੀ ਹਰੀ ਝੰਡੀ ਦਿੱਤੀ। ਫਤਿਹਗੜ੍ਹ ਚੂੜੀਆਂ ਵਿਕਾਸ ਲਈ 5 ਕਰੋੜ ਦੀ ਰਕਮ ਆ ਗਈ ਹੈ। ਇਹ 5 ਕਰੋੜ ਲੱਗ ਜਾਏਗਾ, ਜਿਹਦੇ 22 ਤਰੀਕ ਨੂੰ ਟੈਂਡਰ ਖੁੱਲ੍ਹਣੇ ਨੇ, ਜਿਹਦੇ 5 ਕਰੋੜ ਲੱਗ ਜਾਏਗਾ, ਫਿਰ ਜਿਹੜੀ ਹੋਰ ਲੋੜ ਹੋਵੇਗੀ ਉਹ ਵੀ ਲਿਆਵਾਂਗੇ। ਚਲੋ, ਇਹ ਮੈਨੂੰ ਉੱਥੇ ਕੀ ਹਾਲਾਤ ਸਨ, ਪਟਿਆਲੇ ਕੀ ਗੱਲ ਹੋਈ ਹੈ, ਮੈਨੂੰ ਇਹਦਾ ਪਤਾ ਨਹੀਂ ਵੀ ਕਿਹੋ ਜਿਹਾ ਲਾ ਐਂਡ ਆਰਡਰ ਸੀ, ਸਿਚੁਏਸ਼ਨ ਸੀ, ਉਦੋਂ ਕੀ ਉਹ ਲੋਕਾਂ ਨੂੰ ਐਕਸ਼ਨ ਲੈਣਾ ਪਿਆ, ਇਹ ਉੱਥੋਂ ਦੇ ਅਫਸਰ ਦੱਸ ਸਕਦੇ ਨੇ ਜਾਂ ਉੱਥੋਂ ਦੇ ਲੀਡਰ ਦੱਸ ਸਕਦੇ। ਔਰ ਹਮ ਸ਼ੁਕਰਗੁਜ਼ਾਰ ਹੈ, ਇਹ ਜੋ ਗਾੜੀਆਂ ਹੈ ਆਪ ਜੋ ਮੇਰੇ ਪਿੱਛੇ ਦੇਖ ਰਹੇ ਹੈ, ਇਹ 100 ਕਿਲੋਮੀਟਰ ਚਲਤੀ ਹੈ, ਪੂਰੀ ਇਲੈਕਟ੍ਰਿਕ ਹੈ, ਸਰਕਾਰ ਕਾ ਪੈਟਰੋਲ ਡੀਜ਼ਲ ਕਾ ਖਰਚਾ ਬਚੇਗਾ, ਇਹ ਈਕੋ ਫ੍ਰੈਂਡਲੀ ਹੈ, ਇਹ ਪੂਰੇ ਗੀਲਾ ਕੂੜਾ ਔਰ ਸੁੱਖਾ ਕੂੜਾ ਦੋਨੋਂ ਕੋ ਅਲੱਗ ਅਲੱਗ ਆਪ ਡਾਲ ਸਕਤੇ ਹੈ ਔਰ ਇਹ ਕਵਰਡ ਹੈ, ਜਿਸਸੇ ਕਿ ਆਨੇ ਵਾਲੇ ਵਕਤੋਂ ਮੇਂ ਕਭੀ ਕਿਸੀ ਕੋ ਕੋਈ ਬਿਮਾਰੀ ਵੀ ਨਹੀਂ ਲਗੇਗੀ। ਔਰ ਜੋ ਇਹ ਹਮ ਲੋਕ ਯਹਾਂ ਪੇ ਆਜ ਖੜੇ ਹੈ ਫਤਿਹਗੜ੍ਹ ਚੂੜੀਆਂ ਮੇਂ, ਤੋ ਮੈਂ ਥੈਂਕਸ ਕਰਤੀ ਹੂੰ ਫਤਿਹਗੜ੍ਹ ਚੂੜੀਆਂ ਕੇ ਲੋਗੋ ਕਾ ਔਰ ਕੈਬਿਨੇਟ ਮਿਨਿਸਟਰ ਸ਼੍ਰੀ ਬਾਜਪਾ ਸਾਹਿਬ ਜੀ ਕਾ, ਜਿਨ੍ਹਾਂ ਮੇਰੀ ਇੱਕ ਲੇਡੀਜ਼ ਕੋ ਵੁਮਨ ਇੰਪਾਵਰਮੈਂਟ ਕੇ ਅੰਦਰ ਇਤਨੀ ਬੜੀ ਸ਼ਕਤੀ ਦੀ ਕਿ ਮੈਂ ਮਿਊਨਿਸਪਲ ਕਾਰਪੋਰੇਸ਼ਨਸ ਮੇਂ ਆ ਕੇ ਡੈਮੋ ਵੀ ਦਿਖਾ ਸਕੂੰ ਔਰ ਉਹਨਾਂ ਨਾਰੀ ਸ਼ਕਤੀ ਕੋ ਵੀ ਆਗੇ ਬੜਾਇਆ, ਆਪਣੇ ਫਤਿਹਗੜ੍ਹ ਚੂੜੀਆਂ ਕੋ ਵੀ ਆਗੇ ਬੜਾਇਆ ਔਰ ਆਪ ਸਭ ਕੇ ਵਿਕਾਸ ਕੀ ਅੱਛੀ ਕਾਮਨਾ ਕਰਤੇ ਹੋਏ ਉਹਨਾਂ ਨੇ ਹਮੇਂ ਯਹਾਂ ਪੇ ਇੰਟਰੋਡਿਊਸ ਕੀਆ।